जे बाणी विचार लीए तो भगतियां विचारन दे विच असीं मूहरे आ भगतियां साडे साइड ते भगतियां सपोर्ट करदियां ने ਜਦ ਅਸੀਂ ਵਿਚਾਰਦੇ ਹਾਂ ਹਕੀਕਤ ਨੂੰ ਜੇ ਸਾਨੂੰ ਸਮਝ ਆ ਗਈ ਰਾਜਾ ਰਾਮ ਕੀ ਕਹਾਣੀ ਦੀ ਤੇ ਪੰਕਤੀਆਂ ਦੀ ਲੋੜ ਨਹੀਂ ਸਾਨੂੰ ਹੈ ਉਹ ਤਾਂ ਸਾਨੂੰ ਸਪੋਰਟ ਦਿੰਦੀ ਹੈ ਫਿਰ ਰਸਤਾ ਸਾਨੂੰ ਆਪੇ ਮਿਲਦਾ ਰਸਤਾ ਆਪੇ ਮਿਲਦਾ ਵਿਚਾਰ ਦੇ ਵਿੱਚ ਰਸਤਾ ਚਿੱਟਾ ਆਪੇ ਦਿਖੀ ਜਾਂਦਾ ਅੱਗੇ ਜਾ ਇਹ ਤਾਂ ਸਿਰਫ ਸਾਨੂੰ ਸਪੋਰਟ ਹੁੰਦੀ ਹੈ ਵੀ ਹਾਂ ਅਸੀਂ ਠੀਕ ਜਾ ਰਹੇ ਜਿਹੜੇ ਬਾਣੀ ਨੂੰ ਲੈ ਕੇ ਰਸਤਾ ਕੱਢਣਗੇ ਉਹਨੂੰ ਤਾਂ ਨਹੀਂ ਨਿਕਲਣ ਬਾਣੀ ਦੀਆਂ ਭਗਤੀਆਂ ਨੂੰ ਜੋੜ ਕੇ ਰਾਹ ਕੱਢਣਗੇ ਕਦੇ ਨਹੀਂ ਨਿਕਲਣਾ ਨਿਕਲਣਾ ਰਸਤਾ ਵਿਚਾਰ ਚੋਂ ਕਦੇ ਨਹੀਂ ਨਿਕਲਦਾ ਰਸਤਾ ਜੋ ਲੜਨ ਵਿਦਵਾਨਾਂ ਦੇ ਤਾਂ ਹੀ ਨਿਕਲਦਾ ਉਹ ਬਾਣੀ ਦੀਆਂ ਭਗਤੀਆਂ ਜੋੜ ਕੇ ਰਸਤਾ ਕੱਢਦੇ ਨੇ ਰਸਤਾ ਤਾਂ ਹੀ ਨਿਕਲਣੇ ਪੁੱਠੀ ਵਾਲਾ ਨੇ ਇਹਨੂੰ ਪੁੱਠੀ ਵਾਲਾ ਕਹਿੰਦੇ ਅਸੀਂ ਪੁੱਠੀ ਵਾਲਾ ਫੇਰੀ ਜਾਓ ਹੁਸ਼ਿਆਰੀ ਕਰਦੇ ਹੁਸ਼ਿਆਰੀ ਕਰ ਰਹੇ ਗੁਰਬਾਣੀ ਦੇ ਆਧਾਰ ਤੇ ਆਪਣੀ ਵਿਚਾਰਧਾਰਾ ਆਪਣੇ ਅੰਦਰ ਝਾਕ ਕੇ ਦੇਖੋ ਆਪਣੇ ਗੁਰਬਾਨ ਮੇ ਤੇ ਗੁਰਬਾਨ ਅੰਦਰ ਤਾਂ ਬਾਣੀ ਹੈ ਨਹੀਂ ਫਿਰ ਬਾਣੀ ਤਾਂ ਬਾਹਰ ਹੈ ਗੁਰਬਾਣੀ ਗੁਰਬਾਣੀ ਤਾਂ ਬਾਹਰ ਹੈ ਗੁਰਬਾਨ ਅੰਦਰ ਤਾਂ ਹੈ ਨਹੀਂ ਗੁਰਬਾਣੀ ਇਹਨੂੰ ਕਹਿੰਦੇ ਨੇ ਆਪਣੇ ਗੁਰਬਾਨ ਮੇ ਸਰਨੀਮਾ ਕਰਦੇ ਗੁਰਬਾਣੀ ਕੀ ਕਹਿੰਦੀ ਹੈ ਤੂੰ ਕੀ ਕਰਦਾ ਕਿਉਂ ਕਰਦਾ ਇਹੀ ਗੱਲ ਹੈ ਇਹ ਤਾਂ ਰੁਕਦੀ ਹੈ ਗੁਰਬਾਣੀ ਹੋਰ ਕਾਹ ਤੋਂ ਰੁਕਦੀ ਮਨ ਜਾਣੇ ਸਭ ਬਾਤ ਸਭ ਕੁਝ ਜਾਣਦਾ ਹੈ ਇਹ ਤਾਂ ਪਖੰਡ ਹੈ ਸਰਬਾਣੀ ਨਹੀਂ ਮਨ ਹੁੰਦੀ ਹੈ ਨਹੀਂ ਮਨ ਹੁੰਦਾ ਸਾਰੇ ਇੱਕੋ ਥਾਂ ਤੇ ਆਏ ਹੋਏ ਨੇ ਜੇ ਪੰਡਿਤ ਨੂੰ ਕਹਿਤਾ ਵੀ ਤੂੰ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਆਨ ਬਾਟ ਕਾਹੇ ਨਹੀਂ ਆਇਆ ਭਗਤਾਂ ਦੇ ਵੀ ਲਾਗੂ ਹੁੰਦੀ ਹੈ ਗੱਲ ਨਾਨਕ ਦੇ ਵੀ ਲਾਗੂ ਹੁੰਦੀ ਹੈ ਇਹ ਗੱਲ ਆਨ ਬਾਟ ਕਾਹੇ ਨਹੀਂ ਆਇਆ ਸਾਰੇ ਇੱਕੋ ਹੀ ਨੇ ਇਹ ਨਹੀਂ ਵੀ ਨਾਨਕੇ ਉੱਥੇ ਪਹੁੰਚ ਗਿਆ ਤੁਸੀਂ ਪਹੁੰਚ ਨਹੀਂ ਸਕਦੇ ਸਭ ਪਖੰਡ ਹੈ ਤੁਹਾਡਾ ਜਾਂ ਪ੍ਰਾਣੀ ਤੋਂ ਆਇਓ ਲਾਹਾ ਲੈਣ ਸਾਰਿਆਂ ਵਾਸਤੇ ਹੀ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਹੋਰ ਕੋਈ ਹੋ ਨਹੀਂ ਸਕਦਾ ਜਿਹੜੇ ਇਹ ਕਹਿੰਦੇ ਨੇ ਉਹ ਬਲੈਕਮੇਲਰ ਨੇ ਉਹ ਨੈਗੇਟਿਵ ਸੋਚ ਵਾਲੇ ਨੇ ਪਿਛਾ ਖਿੱਚੂ ਨੇ ਡਿਸਆਰਡਰ ਕਰਨ ਵਾਲੇ ਨੇ ਦੂਜੇ ਦਾ ਦਿਲ ਢਾਉਣ ਵਾਲੇ ਨੇ ਸਭਨਾ ਮਨ ਮਾਣਕ ਟਾਣ ਮੂਲ ਬਚਾਂਗੜਾ ਬਚਾਂਗਵਾ ਬਚਾਂਗਵਾ ਕਹਿੰਦੇ ਨਹੀਂ ਚੰਗਾ ਚੰਗਵਾ ਹੁੰਦਾ ਚੰਗਾ ਬਚਾਂਗਵਾ ਨਹੀਂ ਚੰਗਾ ਮੰਮਾ ਨੈਗੇਟਿਵ ਲੱਗ ਗਿਆ ਚੰਗਵਾ ਹੁੰਦਾ ਚੰਗਾ ਚੰਗਵੇ ਦੇ ਉੱਤੇ ਮੂਹਰੇ ਮੰਮਾ ਲਾਤਾ ਬੰਬੇ ਨਾ ਨੈਗੇਟਿਵ ਬਣ ਗਿਆ ਨੰਨੇ ਨਾਲ ਵੀ ਨੈਗੇਟਿਵ ਬਣ ਜਾਂਦਾ ਬੰਬੇ ਨੂੰ ਸੈਰੀ ਲਾਉਣ ਨਾਲ ਵੀ ਨੈਗੇਟਿਵ ਬਣ ਜਾਂਦਾ ਅਰਥ ਆੜਾ ਲਾਉਣ ਨਾਲ ਵੀ ਨੈਗੇਟਿਵ ਬਣ ਜਾਂਦਾ ਕਾਸ਼ ਤੇ ਆਕਾਸ਼ ਬਣ ਗਿਆ ਸਥਿਰ ਤੇ ਅਸਥਿਰ ਬਣ ਗਿਆ ਸਥਿਰ ਤੇ ਅਸਥਿਰ ਬਣ ਗਿਆ ਆੜਾ ਲਾਉਣ ਨਾਲ ਨੈਗੇਟਿਵ ਬਣ ਜਾਂਦਾ ਮਲ ਤੇ ਵਿਮਲ ਬਣ ਗਿਆ ਬੰਬੇ ਨੂੰ ਸੈਰੀ ਲਾਉਣ ਨਾਲ ਵੀ ਬਣ ਜਾਂਦਾ ਇਸ ਕਰਕੇ ਮੰਮਾ ਲਾਉਣ 'ਤੇ ਵੀ ਬਣ ਜਾਂਦਾ ਪਰ ਗੁਰਮਤ ਦੀ ਡਿਕਸ਼ਨਰੀ 'ਚ ਹੈ ਇਹ ਗੁਰਮਤ ਵਿੱਚ ਹੀ ਹੈ ਸਾਡੀ ਡਿਕਸ਼ਨਰੀ 'ਚ ਨਹੀਂ ਹੈ ਇਹ ਵਿਦਵਾਨਾਂ ਦੀ ਡਿਕਸ਼ਨਰੀ ਦੇ ਬਾਹਰ ਹੈ ਲਫ਼ਜ਼ ਇਹ ਗੁਰਮੁਖਾਂ ਦੀ ਡਿਕਸ਼ਨਰੀ 'ਚ ਹੈ ਇਹ ਗੁਰਮੁਖੀ ਲਫ਼ਜ਼ ਹੈ ਗੁਰਮੁਖਾਂ ਦੀ ਡਿਕਸ਼ਨਰੀ 'ਚ ਹੈ ਮਨਮੁੱਖਾਂ ਦੀ ਔਰ ਗੁਰਮੁਖਾਂ ਦੀ ਡਿਕਸ਼ਨਰੀ ਅੱਡੋ ਅੱਡ ਹੁੰਦੀਆਂ ਨੇ ਗੁਰਮੁਖੀ ਭਾਸ਼ਾ ਹੀ ਹੋਰ ਹੈ ਆਕਾਸ਼ਬਾਣੀ ਜਿਹੜੀ ਕਹਿੰਦੇ ਨੇ ਜਿਹੜੀ ਅਸੀਂ ਬਾਣੀ ਬੋਲਦੇ ਹਾਂ ਜਾਂ ਸਾਨੂੰ ਰੇਡੀਓ 'ਤੇ ਆਉਂਦੀ ਹੈ ਟੈਲੀਵਿਜ਼ਨ 'ਚ ਆਉਂਦੀ ਹੈ ਉਹ ਆਕਾਸ਼ਬਾਣੀ ਇਹ ਆਕਾਸ਼ਬਾਣੀ ਨਹੀਂ ਜਿਹੜੀ ਤੁਰਕੀ ਬਾਣੀ ਆਕਾਸ਼ਬਾਣੀ ਨਹੀਂ ਹੈ ਇਹਨੂੰ ਆਕਾਸ਼ਬਾਣੀ ਵਿਦਵਾਨਾਂ ਨੇ ਬਣਾ ਲਿਆ ਰਿਸ਼ੀ ਮੁਨੀਆਂ ਨੇ ਬਣਾ ਲਿਆ ਸਮਝ ਲਿਆ ਇਸ ਕਰਕੇ ਪਰਾਵਾਣੀ ਨੂੰ ਬਾਹਰੋਂ ਮੰਨਦੇ ਨੇ ਉਹ ਪਰਾਵਾਣੀ ਬਾਹਰੋਂ ਨਹੀਂ ਹੁੰਦੀ ਹੈ ਪਰਾਵਾਣੀ ਉਹ ਬਾਣੀ ਹੈ ਜਿਹੜੀ ਸੰਸਾਰ ਪੈਦਾ ਨਹੀਂ ਸੀ ਹੋਇਆ ਬਾਣੀ ਪੈਦਾ ਹੋ ਗਈ ਸੀ
ਪਰਾਂ ਪੂਰਬਲਾ, ਪੂਰਬ ਤੋਂ ਵੀ ਪਹਿਲਾਂ ਪਰਾਂ ਹੁੰਦਾ, ਜਿੱਥੇ ਪੂਰਬ ਹੁੰਦਾ ਨਾ ਉਹ ਤੋਂ ਪਰੇ ਹੁੰਦਾ ਪਰਾਂ। ਸਤਨਾਮ ਤੇਰਾ ਪਰਾਂ ਪੂਰਬਲਾ, ਸਤਨਾਮ ਜਿਹੜਾ ਤੇਰਾ ਗੁਣ ਹੈ, ਨਾਮ ਦਾ ਮਤਲਬ ਗੁਣ ਹੈ ਇੱਥੇ, ਨਾਮ ਹੁੰਦਾ ਅਰਥ, ਨਾਮ ਦਾ ਅਰਥ ਗੁਣ ਹੁੰਦਾ, ਜਿਹਨੇ ਨਾਮ ਨੇ ਸਾਰੇ ਗੁਣ ਵਾਚਕ ਨੇ। ਔਰ ਨੌ ਕਿਸੇ ਚੀਜ਼ ਦਾ ਹੁੰਦਾ ਹੀ ਨਹੀਂ, ਸਾਡੇ ਧਰੇ ਹੈ ਨੌ, ਨੌ ਤੁਸੀਂ ਰੋਜ਼ ਬਦਲ ਦਿਓ, 200 ਰੁਪਈਆ ਲੱਗਦਾ ਅਖਬਾਰ 'ਚ। ਸਰਕਾਰ ਬਦਲਦੀ ਹੈ, ਤੁਸੀਂ ਰੋਜ਼ ਬਦਲੀ ਜਾਓ, ਨੌ 200 ਰੁਪਈਆ ਦੇਈ ਜਾਓ, ਨੌ ਬਦਲੀ ਜਾਓ, ਕੀ ਨੌ ਹੋਇਆ ਤੁਹਾਡਾ, ਨੌ ਕਿਹੜਾ ਹੋਇਆ ਫਿਰ। ਤਾਂ ਐਵੇਂ ਸਮਝਣ ਵਾਸਤੇ ਅਸੀਂ ਰੱਖੇ ਹੋਏ ਨੇ ਨੌ, ਨੌ ਥੋੜ੍ਹੀ ਹੈ ਕਿਸੇ ਚੀਜ਼ ਦਾ, ਕਿਸੇ ਚੀਜ਼ ਦਾ ਕੋਈ ਨੌ ਹੀ ਨਹੀਂ। ਉਸੇ ਚੀਜ਼ ਨੂੰ ਅੰਗਰੇਜ਼ੀ 'ਚ ਖੋਲ੍ਹੋ, ਹੋਰ ਕਹਿੰਦੇ ਨੇ ਅਰਬੀ 'ਚ ਕੁਛ, ਹੋਰ ਕਹਿੰਦੇ ਨੇ ਪੰਜਾਬੀ 'ਚ ਖੋਲ੍ਹੋ, ਹਿੰਦੁਸਤਾਨ 'ਚ ਵੀ ਨੌ ਨੇ ਕਿਸੇ ਚੀਜ਼ ਦੇ। ਜੇ ਕੋਈ ਖਾਸ ਨੌ ਹੋਵੇ ਤਾਂ ਇੱਕੋ ਹੀ ਨੌ ਹੋਵੇ ਉਹਦਾ ਸਾਰੇ ਸੰਸਾਰ 'ਚ, ਕਿਸੇ ਚੀਜ਼ ਦਾ ਨੌ ਹੁੰਦਾ ਹੀ ਨਹੀਂ, ਨਾ ਜੜ ਦਾ ਨਾ ਚੇਤਨ ਦਾ। ਸਾਡੇ ਰੱਖੇ ਹੋਏ ਨੇ ਗੁਣਵਾਚਕ ਨੌ, ਜ਼ਰੂਰ ਹੁੰਦੇ ਨੇ, ਇਹਦਾ ਅਸੀਂ ਆਪਣਾ ਕੰਮ ਚਲਾਉ ਸਕਦਾ ਹੈ, ਸਮਝਣ ਵਾਸਤੇ, ਪਛਾਣ ਵਾਸਤੇ, ਪਛਾਣ ਵਾਸਤੇ ਕੰਮ ਨਹੀਂ ਚੱਲਦਾ ਸਾਡਾ। ਕਿਸੇ ਚੀਜ਼ ਦਾ ਕੋਈ ਨਾਂ ਹੁੰਦਾ ਹੀ ਨਹੀਂ, ਜਾਂ ਕਿਸੇ ਚੀਜ਼ ਦਾ ਨਾਂ ਹੀ ਨਹੀਂ ਕੋਈ ਹੁੰਦਾ, ਫਿਰ ਨਾਮ ਪਰਮੇਸ਼ਰ ਦਾ ਕਿਹੜਾ ਜਪ ਰਹੇ ਨੇ, ਕਿਹੜਾ ਨੂੰ ਜਪ ਰਹੇ ਨੇ। ਇਸ ਚੀਜ਼ ਦਾ ਰੌਲਾ, ਉਹ ਕਹਿੰਦੇ ਖੁਦਾ ਹੁੰਦਾ ਠੀਕ ਹੈ, ਉਹ ਕਹਿੰਦੇ ਰਾਮ ਠੀਕ ਹੈ, ਉਹ ਕਹਿੰਦੇ ਫਲਾਨਾ ਠੀਕ ਹੈ, ਉਹ ਕਹਿੰਦੇ ਟਿਮਕਾ ਠੀਕ ਹੈ, ਰੌਲਾ ਵਿਦਵਾਨਾਂ ਦਾ ਹੀ ਹੈ। ਇਸ ਕਰਕੇ ਪੰਡਿਤ ਬੁੱਲਾਂ ਛੱਡ ਦਊ, ਇਹ ਤਾਂ ਵਿਦਵਾਨਾਂ ਦੇ ਝਗੜੇ ਪਾਏ ਨੇ। ਜਦੋਂ ਧਰਮ ਵਿਦਵਾਨਾਂ ਦੇ ਹੱਥ 'ਚ ਆ ਗਿਆ, ਸਮਝੋ ਦਿਸ਼ਾਹੀਨ ਹੋ ਗਿਆ। ਵਿਦਵਾਨ ਦਾ ਮਤਲਬ ਹੈ ਮੂਰਖ, ਵਿਦਵਾਨ ਦਾ ਮਤਲਬ ਹੈ ਮੂਰਖ ਹੁੰਦਾ, ਮੂਰਖ ਪੰਡਿਤ। ਗੁਰਬਾਣੀ ਕਹਿੰਦੀ ਹੈ, ਜਾਂ ਕਹੋ ਕੱਟ ਦਿਓ ਉੱਥੋਂ ਗੁਰਬਾਣੀ 'ਚੋਂ, ਕੱਟ ਕੇ ਦਿਖਾ ਦਿਓ ਭਗਤੀ ਨੂੰ, ਇਹਨੂੰ ਮੂਰਖ ਪੰਡਿਤ। ਹਿਕਮਤ ਹੁਜਤ ਵਿਦਵਾਨਾਂ 'ਚ ਹੋਰ ਹੈ ਕੀ, ਪੰਡਿਤ ਲਫ਼ਜ਼ ਉਦੋਂ ਉਹਦੇ ਵਾਸਤੇ ਆਇਆ ਸੀ, ਅੱਜ ਪੰਡਿਤ ਵਿਦਵਾਨ ਨੂੰ ਕਹਿੰਦੇ, ਉਹਦੀ ਜਗ੍ਹਾ ਲਫ਼ਜ਼ ਹੀ ਬਦਲਿਆ, ਪੰਡਿਤ ਵੀ ਵਿਦਵਾਨ ਹੀ ਹੁੰਦਾ ਸੀ। ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਧਰੇ ਪਿਆਰ, ਪਿਆਰ ਕਾਹਦੇ ਨਾਲ, ਮਾਇਆ ਨਾਲ, ਸੰਪਤੀ ਨਾਲ। ਤੁਸੀਂ ਇਹ ਤੋਂ ਕੱਟ ਕੇ ਦਿਖਾਓ ਇਹਨੂੰ ਪੰਕਤੀ ਨੂੰ, ਪੰਡਿਤ ਨੂੰ ਮੂਰਖ ਕਿਹਾ ਹੋਇਆ ਬਾਣੀ 'ਚ। ਮੂਰਖ ਵਿਦਿਆ ਵਿਕਰਦਾ, ਯੂਨੀਵਰਸਿਟੀਆਂ ਕਿਹਨੇ ਬਣਾਈਆਂ ਨੇ, ਵਿਦਵਾਨਾਂ ਨੇ। ਸਰਕਾਰਾਂ ਕਿਹਦੇ ਆਸਰੇ ਚੱਲਦੀਆਂ ਨੇ, ਵਿਦਵਾਨਾਂ ਦੇ। ਰਾਏ ਕੌਣ ਦਿੰਦਾ, ਵਿਦਵਾਨ। ਯੂਨੀਵਰਸਿਟੀਆਂ ਕਿਹਦੇ ਆਸਰੇ ਨੇ, ਵਿਦਵਾਨਾਂ ਦੇ। ਕਿੰਨੀ ਕਿੰਨੀ ਫੀਸ ਹੈ, ਰੌਲਾ ਪੈਂਦਾ ਕਿ ਨਹੀਂ ਪੈਂਦਾ, ਵਿਦਿਆ ਵੇਚਦੇ ਨਹੀਂ, ਮੂਰਖ ਨੇ। ਮੂਰਖ ਵਿਦਿਆ ਵਿਕਰਦਾ, ਵਿਖ ਖੱਟੇ ਵਿਖ ਖਾਏ। ਫਿਰ ਇਹਦੇ ਜੁੱਤੀਆਂ ਮਾਰਨਗੇ ਇਹਨਾਂ ਦੇ ਪੜ੍ਹੇ, ਹੋਰ ਕੀ ਕਰਨਗੇ ਇਹਨੂੰ। ਮੂਰਖਾਂ ਦੇ ਪੜ੍ਹਾਏ ਹੋਏ ਮੂਰਖ ਹੁੰਦੇ ਨੇ, ਮੂਰਖਾਂ ਦੇ ਚੇਲੇ ਮਹਾਂਮੂਰਖ। ਤੇ ਜੁੱਤੀਆਂ ਨਾਲ ਇਹਨਾਂ ਦੇ ਮਾਰਨਗੇ, ਹੋਰ ਕੀ ਮਾਰਨਗੇ, ਕਿਉਂ ਨਾ ਮਾਰਨਗੇ ਜੁੱਤੀਆਂ ਇਹਨਾਂ ਦੇ। ਤੁਸੀਂ ਸਕੂਲਾਂ 'ਚ ਪੜ੍ਹਾਉਣਾ ਨਹੀਂ, ਕਹਿਣਾ ਇਹਦੀ ਟਿਊਸ਼ਨ ਰਖਾਓ, ਅਤੇ ਉਹ ਨਹੀਂ ਜਾਣਦੇ, ਉਹ ਜਾਣਦੇ ਨਹੀਂ। ਪਬਲਿਕ ਹੈ ਸਭ ਜਾਣਦੀ ਹੈ, ਇਹ ਪਬਲਿਕ ਹੈ ਸਭ ਜਾਣਦੀ ਹੈ। ਉਹ ਕੁੱਤੇ ਜਾਣ ਜਾਂਦੇ ਨੇ, ਅੱਖ ਪਛਾਣਦੇ ਨੇ ਆਪਣੇ ਪਰਾਏ ਨੂੰ, ਜਾਨਵਰ ਜਾਣਦੇ ਨੇ। ਛੋਟਾ ਜਿਹਾ 6 ਮਹੀਨੇ ਦਾ ਨਿਆਣਾ ਜਾਣਦਾ, ਸਮਝਦਾ, ਅੱਖ ਪਛਾਣਦਾ। ਤੁਸੀਂ ਕੀ ਕਹਿੰਦੇ ਵੀ ਸਾਰਾ ਇੱਕ ਦੂਜੇ ਨੂੰ ਜਾਣਦਾ ਹੀ ਨਹੀਂ। ਹਾਂ, ਵਿਦਵਾਨ ਸਮਝ ਸਕਦੇ ਨੇ, ਨਹੀਂ ਜਾਣਦੇ ਤਾਂ ਹੀ ਜੁੱਤੀਆਂ ਖਾਂਦੇ ਨੇ, ਇਹਨਾਂ ਨੂੰ ਭੁਲੇਖਾ ਹੋ ਸਕਦਾ। ਜਿੰਨੇ ਧਰਮ ਵਿਗਾੜੇ ਨੇ, ਵਿਦਵਾਨਾਂ ਦੇ ਵਿਗਾੜੇ ਹੋਏ ਨੇ, ਇਹ ਬ੍ਰਹਮ ਗਿਆਨ ਜਦੋਂ ਮੂਰਖਾਂ ਦੇ ਹੱਥ 'ਚ ਆ ਜਾਂਦਾ, ਵਿਦਵਾਨਾਂ ਦੇ ਹੱਥ 'ਚ ਆ ਜਾਂਦਾ,
ਇਹ ਦਿਸ਼ਾਹੀਨ ਹੋ ਜਾਂਦੇ। ਵੇਦ ਜਿੰਨਾ ਚਿਰ ਬ੍ਰਹਮੇ ਦੇ ਹੱਥ 'ਚ ਰਹੇ, ਜਿੰਨਾ ਚਿਰ ਗਿਆਨਵਾਨਾਂ ਦੇ ਬੁੱਧੀਵਾਨਾਂ ਦੇ ਹੱਥ 'ਚ ਰਹੇ, ਉਹਨਾਂ ਚਿਰ ਪ੍ਰਚਾਰ ਸਹੀ ਰਿਹਾ। ਜਦੋਂ ਵਿਦਵਾਨਾਂ ਦੇ ਹੱਥ 'ਚ ਆ ਗਏ, ਵਿਦਵਾਨ ਚੱਲਦੇ ਨੇ ਸਰਕਾਰ ਨਾਲ, ਸਾਡੇ ਜਿਹੜੀਆਂ ਤਿੰਨ ਗੱਲਾਂ ਨੇ, ਦੋ ਇਹ ਸਰਕਾਰ ਤੋਂ ਆਈਆਂ ਹੋਈਆਂ ਨੇ। ਇੱਕ, ਔਰਤਾਂ ਨੂੰ ਬਰਾਬਰ ਸਮਝਿਆ ਗੁਰਬਾਣੀ ਨੇ, ਇਹ ਸਰਕਾਰ ਤੋਂ ਆਈ ਹੋਈ ਗੱਲ ਹੈ, ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ, ਗੁਰਬਾਣੀ ਦਾ ਖਿਲਾਫ ਹੈ, ਗੁਰਬਾਣੀ ਦਾ ਗੱਲ ਮੰਨਦੀ ਨਹੀਂ ਹੈ। ਇੱਕ ਪੰਕਤੀ ਦੇ ਗਲਤ ਅਰਥ ਕਰਕੇ, ਮਿਸਯੂਜ ਕਰਕੇ ਤਾਣਾ ਬਾਣਾ ਹੋਰ ਝੂਠਾ ਹੀ ਬੁਣਤਾ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਇਹਦਾ ਅਰਥ ਕਿਵੇਂ ਕਰ ਲਿਆ ਬਰਾਬਰ ਹੈ, ਕਿਵੇਂ ਕਰ ਲਿਆ? ਉਹ ਪੰਕਤੀ ਕਿੱਥੇ ਗਈ ਸੀ? ਗਊ ਭੈਂਸ ਮਾਂਗੂ ਲਾਵੇਰੀ, ਇੱਕ ਤਾਜਣ ਤੁਰੀ ਚੰਗੇਰੀ, ਘਰ ਕੀ ਗੀਣ ਚੰਗੀ, ਜਨ ਧਰਨਾ ਲੈਵੇ ਮੰਗੀ। ਉਹ ਕਹਿੰਦੇ ਨੇ ਬੜੀ ਵਸਤੂਆਂ ਦੀ ਗਿਣਤੀ ਹੈ, ਵਸਤੂਆਂ ਦੀ ਗਿਣਤੀ ਹੈ, ਕੱਢ ਦਿਓ ਸ਼ਬਦ ਨੂੰ, ਇਹਨੂੰ ਕੱਢ ਕੇ ਦਿਖਾਓ ਕਿਹੜਾ ਕੱਢ ਦੂਗਾ, ਇਸਤਰੀ ਰੂਪ ਚੇਰੀ ਕੀ ਨਹੀਂ, ਕੱਢ ਕੇ ਦਿਖਾਓ ਇਹਨੂੰ ਕਿਹੜਾ ਕੱਢ ਦੂ ਗੁਰਬਾਣੀ ਚੋਂ, ਇਹਦੇ ਘਰੋਂ ਅਰਥ ਕੀ ਬਣਦੇ ਨੇ? ਜਿਹੋ ਜਿਹੀਆਂ ਵਸਤਾਂ ਨੇ ਉਹਦੇ ਵਸਤਾਂ ਦੇ ਬਰਾਬਰ ਹੈ, ਧੰਦਾਰਾ ਸੰਪਤੀ ਸਗਲ, ਸੰਪਤੀ ਦੇ ਵਿੱਚ ਆ ਗਈ, ਧੰਨ ਦੇ ਵਿੱਚ ਆ ਗਈ ਦਾਰਾ। ਜਿਨ ਆਪਣੀ ਕਰਮਾਨ, ਕਿਹਨੂੰ ਕਿਹਾ ਹੋਇਆ? ਆਦਮੀ ਨੂੰ ਕਿਹਾ ਹੋਇਆ, ਇਹਨੂੰ ਇਹ ਕੱਛ ਸੰਗੀ ਨਹੀਂ, ਨਾਨਕ ਬਿਨ ਭਗਵਾਨ, ਇਹਨੂੰ ਇਹ ਕੱਛ ਤੇਰੋ ਨਹੀਂ, ਤੇਰੋ ਕਹਿ ਦੋ ਚਾਹੇ ਸੰਗੀ ਕਹਿ ਦੋ, ਭਗਵਾਨ ਦੇ ਬਿਨਾਂ ਕੁਛ ਵੀ ਤੇਰਾ ਨਹੀਂ ਹੈ। ਉਹ ਛੱਡਿਆ ਹੋਇਆ ਸਭ ਕੁਛ ਆਪਣਾ, ਰਾਮ ਪਰਾਇਆ। ਇਹ ਵਿਦਵਾਨਾਂ ਦੀ ਗੱਲ ਹੈ, ਇਹ ਕਦ ਤੋਂ ਸ਼ੁਰੂ ਹੋਇਆ? ਮੇਰੇ ਦੇਖਦੀ ਦੇਖਦੀ ਸ਼ੁਰੂ ਹੋਇਆ ਹੈ, ਜਾਂ ਜਵਾਲਾ ਦੇ ਦਿਮਾਗ 'ਚ ਆਈ ਗੱਲ ਵੀ ਇੰਦਰਾ ਮੇਰੇ ਮੁੰਡਾ ਤਾਂ ਹੈ ਨਹੀਂ, ਇੰਦਰਾ ਨੂੰ ਇਹਦੇ ਨਾਲ ਰਾਜ, ਉਹਨੇ ਇਹ ਰਾਤਾ ਵੀ ਔਰਤਾਂ ਔਰ ਕੁੜੀਆਂ ਔਰ ਮੁੰਡਿਆਂ ਦਾ ਹਿੱਸਾ ਬਰਾਬਰ ਚਾਹੀਦਾ। 1957 ਦੇ 56 ਦੇ ਵਿੱਚ ਇਹ ਐਕਟ ਬਣਾ ਦਿੱਤਾ ਜ਼ਮੀਨ ਬਰਾਬਰ ਦਾ, 57 'ਚ। ਉਦੋਂ ਪਹਿਲਾਂ ਕੀ ਸੀ? ਬਾਕੀ ਸੂਬਿਆਂ ਨੇ ਨਹੀਂ ਮੰਨਿਆ, ਇਕੱਲੇ ਪ੍ਰਤਾਪ ਸਿੰਘ ਕੈਰੋਂ ਨੇ ਮੰਨਿਆ। ਪੰਜਾਬ 'ਚ ਲਾਗੂ ਹੈ, ਹਿਮਾਚਲ ਹਰਿਆਣੇ 'ਚ, ਹਿੰਦੁਸਤਾਨ 'ਚ ਨਹੀਂ ਲਾਗੂ ਹੈ, ਸਾਰੀ ਇੰਡੀਆ 'ਚ ਹੈ। ਜੇ ਭਾਈ ਨਾ ਹੋਵੇ ਤਾਂ ਭੈਣ ਦਾ ਹੱਕ ਹੈ, ਵਰਨਾ ਨਹੀਂ ਹੈ। ਇਹਨੇ ਹੂ ਬੂ ਲਾਗੂ ਕਰਤਾ, ਰੌਲਾ ਪਾਤਾ ਜੀ, ਸਿੱਖ ਮਤ ਕਹਿੰਦੀ ਹੈ ਬਰਾਬਰ ਹੈ, ਇਸ ਕਰਕੇ ਅਸੀਂ ਬਰਾਬਰ ਮੰਨਾਂਗੇ। ਉਹੀ ਕਹਿ ਦਿੱਤਾ ਵੀ ਹਾਈਲਾਈਟ ਕਰਨ ਵਾਸਤੇ ਵੀ ਅੱਜ ਦਾ ਸਾਡਾ ਧਰਮ ਹੈ ਜਿਹੜਾ, ਇਹ ਮੂਰਖਾਂ ਦਾ ਧਰਮ ਹੈ। ਵੀ ਨਵੇਂ ਯੁੱਗ ਦਾ, ਜਿਵੇਂ ਆਹ ਕਹਿੰਦਾ ਸਪੋਕਸਮੈਨ, ਨਵੇਂ ਯੁੱਗ ਦਾ ਧਰਮ ਹੈ, ਆਧੁਨਿਕ ਧਰਮ, ਇਹ ਨਵੇਂ ਯੁੱਗ ਦਾ ਧਰਮ ਹੈ। ਪੁਰਾਣੇ ਯੁੱਗ ਦਾ ਕਿਹੜਾ ਸੀ ਫਿਰ? ਸਾਰੇ ਯੁੱਗੇ ਇਸ ਧਰਮ ਦੇ ਬਣੇ ਹੋਏ ਨੇ, ਇਹ ਚਾਰਾਂ ਯੁੱਗਾਂ ਦਾ ਧਰਮ ਹੈ। ਪਰ ਉਹ ਮੂਰਖਾਂ ਨੂੰ ਕੀ ਪਤਾ ਵੀ ਨਵਾਂ ਕੀ ਹੁੰਦਾ, ਪੁਰਾਣਾ, ਸੱਚ ਤਾਂ ਪੁਰਾਣਾ ਹੁੰਦਾ ਹੀ ਨਹੀਂ। ਸੱਚ ਤੋਂ ਦੁਨੀਆ ਪੈਦਾ ਹੋਈ ਹੈ, ਸੱਚ ਨੇ ਸੰਸਾਰ ਪੈਦਾ ਕੀਤਾ, ਸੰਸਾਰ ਨਹੀਂ ਰਹਿੰਦਾ, ਸੱਚ ਰਹਿੰਦਾ। ਤੂੰ ਕਹਿੰਦਾ ਆਧੁਨਿਕ ਧਰਮ ਇਹੋ ਜਿਹੇ ਤਾਂ ਲੀਡਰ ਨੇ, ਜੁੱਤੀ 100 ਮਾਰ ਕੇ 1 ਗਿਣੇ ਨਾ, ਤੇ ਫਿਰ ਪਤਾ ਲੱਗੂਗਾ, ਜੁੱਤੀਆਂ ਹੀ ਨੇ, ਕਰਨ ਗੱਲ ਆ ਕੇ ਪਤਾ ਲੱਗ ਜੂਗਾ। ਫਿਰ ਇਹਦੀ ਬੋਲਤੀ ਛੇਤੀਆਂ ਬੰਦ ਹੋ ਜਾਂਦੀ ਹੁੰਦੀ ਹੈ। ਜਿਹੜੇ ਚਮਰੱਟਾ ਕਹਿੰਦੇ ਸੀ ਉਹ ਕੌਣ ਸੀ? ਕਾਸ਼ੀ ਦੇ ਪੰਡਿਤ ਸੀ ਨਾ, ਇਹੋ ਜਿਹੇ ਵਿਦਵਾਨ ਸੀ ਟੁੱਚੇ, ਰਵਿਦਾਸ ਨੂੰ ਵੀ ਅਨਪੜ੍ਹ ਹੈ, ਚਮਾਰਾ ਦੇ ਘਰ ਜੰਮੇ, ਬਦਬੂ ਆਉਂਦੀ ਹੈ ਉੱਥੇ ਜਿੱਥੇ ਕੰਮ ਕਰਦਾ, ਇਹੀ ਸੀ ਨਾ ਕਹਿੰਦੇ, ਗਰੀਬ ਹੈ, ਡੰਗਰ ਚੱਕਦਾ, ਉਹਦਾ ਚਮੜਾ ਲਾਉਂਦਾ। ਉਹ ਜਿਹੜੀ ਉਹਦੀ ਅਵਸਥਾ ਸੀ, ਉਹ ਕਿੱਥੋਂ ਲਿਆਉਣਗੇ?
ਫਿਰ ਕੀ ਕਹਿੰਦੇ ਸੀ? ਫਿਰ ਡੰਡੌਤ ਕੀਤੀ ਕਿ ਨਹੀਂ ਕੀਤੀ? ਵੇਪਰ ਪ੍ਰਧਾਨ ਕਰੇ ਡੰਡੌਤ, ਫਿਰ ਡੰਡੌਤ ਕੀਤੀ, ਉਹ ਵੀ ਲਿਖਿਆ ਹੋਇਆ ਸਾਡੇ। ਜੇ ਚਮਰੱਟਾ ਲਿਖਿਆ ਹੋਇਆ ਤਾਂ ਡੰਡੌਤ ਵੀ ਕਿੱਥੇ ਲਿਖਿਆ ਹੋਇਆ? ਨਾਮਦੇਵ ਨੂੰ ਢੇਡ ਕਹਿੰਦੇ ਨੇ, ਇਹ ਪੰਡੀਆ ਮੁਖੋਂ ਢੇਡ ਕਹਿਤਾ ਹੈ।